ਮਹੀਨਾ ਵੀ ਮੁਤਰਦੀਆਂ ਰਹਿਣ ਜਿੱਥੇ ਤੁਸੀਂ ਬੱਕਰੀਆਂ ਬੰਨਦੇ ਹੋ। ਅਗਰ ਤੁਸੀਂ ਪੈਲਟ ਲਾਏ ਨੇ ਅੱਲਾ ਪਾਕ ਦੇ ਫਜ਼ਲ ਨਾਲ, ਨਾ ਗਰਮੀਆਂ 'ਚ ਮਸਲਾ ਬਣੇਦਾ, ਨਾ ਤੁਹਾਨੂੰ ਭੋ ਮਾਂ ਦੇ 'ਚ ਮਸਲਾ ਬਣੇਦਾ। ਬੱਕਰੀ ਜਿਹੜੀ ਹੈ ਭਲੇ ਸਰਦੀ ਹੋਵੇ ਭਲੇ ਗਰਮੀ ਹੋਵੇ, ਇਹ ਵਾਕਈ ਬਾਰਿਸ਼ ਬਰਦਾਸ਼ਤ ਨਹੀਂ ਕਰਦੀ। ਇਹਦੇ ਵਾਸਤੇ ਬਾਰਿਸ਼ ਚੰਗੀ ਨਹੀਂ ਹੁੰਦੀ। ਸਰਦੀ ਦੇ ਵਿੱਚ ਜਦੋਂ ਭਿੱਜ ਜਾਂਦੀ ਹੈ ਤਾਂ ਵਿਚਾਰੀ ਇਹਨਾਂ ਨੂੰ ਪਾਲਾ ਲੱਗਦਾ ਅਤੇ ਫਿਰ ਬਰਦਾਸ਼ਤ ਕਰਨਾ ਇਹਦੇ ਵਾਸਤੇ ਮੁਸ਼ਕਲ ਹੋ ਜਾਂਦਾ ਜੀ। ਸਰਦੀ ਨੂੰ ਤਾਂ ਬਰਦਾਸ਼ਤ ਕਰ ਲੈਂਦੀ ਹੈ ਕਿਉਂਕਿ ਇਹਨੇ ਖਾਧਿਆ ਹੁੰਦਾ, ਗਿੱਲੀ ਨਹੀਂ ਹੁੰਦੀ, ਸੁੱਕੀ ਹੁੰਦੀ ਹੈ, ਹੀਟਰ ਦੇ ਅੰਦਰ ਬਹੁਤ ਜ਼ਿਆਦਾ ਹੋ ਜਾਂਦੀ ਹੈ, ਅਤੇ ਜਦੋਂ ਵਿਚਾਰੀ ਉੱਥੋਂ ਵੀ ਭਿੱਜ ਜਾਂਦੀ ਹੈ ਤਾਂ ਫਿਰ ਕਿੱਧਰ ਜਾਏ। ਇਹ ਕਹਿੰਦੇ ਲੂਸਾਂ ਦੀ ਕਈ ਭਾਈਆਂ ਨੂੰ ਪਹਿਚਾਣ ਨਹੀਂ ਹੁੰਦੀ, ਉਹ ਆਰਡਰ ਕਰ ਛੱਡਦੇ ਨੇ ਤੇ ਜਦੋਂ ਆਉਂਦੇ ਨੇ ਪਤਾ ਲੱਗਦਾ ਜੀ ਅੱਜ ਬਰਸੀਮ ਹੈ, ਕੁਤਰਿਆ ਹੋਇਆ। ਤੂੰ ਕੋਈ ਪਹਿਚਾਣ ਵੀ ਦੱਸੋ ਕਿਆ ਸਾਹਿਬ, ਤੁਸੀਂ ਬੱਕਰੀਆਂ ਦੇ ਬਾਰੇ ਚ ਦੱਸ ਛੜਿਆ ਬਾਰਿਸ਼ 'ਚ ਕਿੰਜ ਕੇਅਰ ਕਰਨੀ ਹੈ ਜੀ, ਤੇ ਸਰਦੀ ਕੋਲ ਕਿੰਜ ਬਚਾਉਣਾ ਹੈ ਜੀ। ਛੋਟੇ ਜਿਹੜੇ ਬੱਚੇ ਹੁੰਦੇ ਆ ਇਹਨਾਂ ਦਾ ਵੀ ਬੜਾ ਮਸਲਾ ਹੁੰਦਾ ਵੀ ਜੀ ਸਾਹਿਬ, ਇਹ ਬਹੁਤ ਜ਼ਾਇਆ ਹੁੰਦੇ ਨੇ ਸਰਦੀ ਵਿੱਚ ਜਾਂ ਬਾਰਿਸ਼ 'ਚ, ਇਹਨਾਂ ਦਾ ਵੀ ਕੋਈ ਹਿਫਾਜ਼ਤੀ ਤਦਾਬੀਰ ਦੱਸੋ। ਜਿਹੜੇ ਬੰਦੇ ਬਰਸੀਨ ਪਾਉਂਦੇ ਨੇ ਉਹਨਾਂ ਦੇ ਜਾਨਵਰ ਠੰਡੇ ਹੋ ਜਾਂਦੇ ਨੇ, ਉਹ ਫਿਰ ਹੌਲਾ ਕੀ ਕਰਦੇ ਨੇ, ਲੰਡੇ 'ਚ ਕੋਟੀਆਂ ਲੈ, ਬੱਚਿਆਂ ਦੇ ਪਾ, ਬੱਕਰੀਆਂ ਦੇ ਪਾ। ਸਰਦੀ ਮੌਸਮ ਚੇਂਜ ਹੁੰਦਾ, ਅੱਜ ਕੱਲ੍ਹ ਮੌਸਮ ਚੇਂਜ ਹੋ ਰਿਹਾ ਜੀ, ਬਹੁਤ ਸਾਰੀਆਂ ਬਿਮਾਰੀਆਂ ਵੀ ਅਟੈਕ ਕਰਦੀਆਂ ਨੇ ਸਰ। ਕਿਹੜੀ ਕਿਹੜੀ ਬਿਮਾਰੀ ਹੁੰਦੀ ਹੈ ਤੇ ਉਹਨਾਂ ਦਾ ਇਲਾਜ? ਸਰ ਅੱਜ ਕੱਲ੍ਹ ਸਾਉਣ ਭਾਦਰੇ ਦੇ ਵਿੱਚ ਜਿਹੜੀ ਬਿਮਾਰੀ ਲੱਗਦੀ ਪਈ, ਮੂੰਹ ਖੋਰ ਦੀ ਲੱਗਦੀ ਪਈ ਹੈ, ਜਾਨਵਰਾਂ ਦਾ ਮੂੰਹ ਪੱਕ ਜਾਂਦਾ, ਫੁੱਲ ਜਾਂਦਾ, ਇੰਝ ਕਰਕੇ ਇੰਝ ਕਰਕੇ ਖੁੱਲ ਜਾਂਦਾ ਮੂੰਹ, ਜੀਭ ਐਡੀ ਮੋਟੀ ਹੋ ਜਾਂਦੀ ਹੈ। ਠੀਕ ਹੈ, ਜਿਨ੍ਹਾਂ ਜਾਨਵਰਾਂ ਦਾ ਮੂੰਹ ਤੇ ਮੁਖਰ ਨਹੀਂ ਆਉਂਦਾ ਉਹਨਾਂ ਦੇ ਪੈਰਾਂ 'ਚ ਆ ਜਾਂਦਾ, ਉਹਨਾਂ ਦੇ ਪੈਰ ਖੁੱਲ ਜਾਂਦੇ ਨੇ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਰਹਿਮਤੁਲਾ ਬਰਕਾਤੂ ਜੀ। ਫਿਆਜ਼ ਭਾਈ ਕੀ ਹਾਲ ਹੈ? ਅੱਲਾਹ ਜੀ ਦਾ ਸ਼ੁਕਰ ਹੈ, ਫਜ਼ਲ ਹੈ ਮੇਰੇ ਮਾਲਕ ਸੋਹਣੇ ਦਾ। ਮਾਸ਼ਾਅੱਲਾ, ਅੱਜ ਤੋਂ 3-4 ਸਾਲ ਪਹਿਲਾਂ ਤੁਹਾਡੇ ਇੰਟਰਵਿਊ ਕੀਤੇ ਸੀ ਜੀ ਸਰ, ਬਹੁਤ ਫੇਮਸ ਹੋ ਜੀ ਯੂਟਿਊਬ ਦੀ ਦੁਨੀਆ 'ਚ ਵੀ, ਅਤੇ ਬੱਕਰੀਆਂ ਦੀ ਹਿਸਟਰੀ ਵੀ ਤੁਸੀਂ ਤਕਰੀਬਨ ਪੂਰੇ ਗੁਜਰਾਤ, ਆਲ ਪੰਜਾਬ ਤੁਸੀਂ ਜਿਹੜੇ ਨਾਲ ਬਹੁਤ ਫੇਮਸ ਹੋ ਜੀ ਸਰ, ਅਤੇ ਹੋਰ ਇਸ ਟਾਈਮ ਤੁਸੀਂ ਕਿਸ ਇਲਾਕੇ ਦੇ ਬੈਠੇ ਹੋ ਫਿਆਜ਼ ਸਾਹਿਬ? ਜਨਾਬ ਮੁਹਤਰਮ ਮੁਹੰਮਦ ਤਾਰਕ ਸਾਹਿਬ, ਪਹਿਲੇ ਨੰਬਰ 'ਤੇ ਮੈਂ ਅੱਲਾਹ ਤਾਲਾ ਦਾ ਸ਼ੁਕਰੀਆ ਅਦਾ ਕਰਨਾ, ਉਸ ਤੋਂ ਬਾਅਦ ਤੁਹਾਡਾ ਸ਼ੁਕਰੀਆ ਅਦਾ ਕਰਨਾ ਕਿ ਜਨਾਬ ਤੁਸੀਂ ਸਾਡੇ ਪ੍ਰੋਗਰਾਮ ਕੀਤੇ, ਸਾਨੂੰ ਮੰਦਰੇ ਅੰਬ ਤੁਸੀਂ ਲੈ ਕੇ ਆਏ। ਮੈਂ ਜਨਾਬ ਗੁਜਰਾਤੀ ਬੀਤਲ ਬੱਕਰੀਆਂ ਦਾ ਪ੍ਰੋਗਰਾਮ ਕਰਨ ਵਾਸਤੇ ਚੂਹੇ ਸਦਨ ਸ਼ਾਹ ਆਇਆ ਸਾਂ, ਚਕਵਾਲ ਸ਼ਹਿਰ ਵਿੱਚ ਆਇਆ ਸਾਂ। ਠੀਕ ਹੈ, ਸਾਡੇ ਇੱਥੇ ਜਨਾਬ ਚੂਹੇ ਸਦਨ ਸ਼ਾਹ ਦੇ ਨਾਲ ਪਿੰਡ, ਕੀ ਪਿੰਡ ਦਾ ਨਾਂ ਜੀ? ਡਰਿਆਲਾ ਕਹੋਣ। ਡਰਿਆਲਾ ਕਹੋਣ, ਜਨਾਬ ਮਲਕ ਜ਼ੁਬੈਰ ਸਾਹਿਬ ਨੇ, ਅਤੇ ਇੱਥੇ ਜਿੱਥੇ ਇਹਨਾਂ ਦਾ ਕਿਹਾ ਜੀ ਮਲਕ ਰਈਸ ਸਾਹਿਬ, ਮਲਕ ਰਈਸ ਸਾਹਿਬ, ਮਲਕ ਰਈਸ ਸਾਹਿਬ ਅਤੇ ਮਲਕ ਜ਼ੁਬੈਰ ਸਾਹਿਬ ਗੁਜਰਾਤੀ ਪਿੱਤਲ ਵਾਲੇ ਨੇ, ਅਤੇ ਮਲਕ ਰਈਸ ਸਾਹਿਬ ਜਨਾਬ ਹੈ ਸਾਡੀ ਸੋਹਣੀ ਚਕਵਾਲੀ ਬੱਕਰੀਆਂ ਦਾ ਜਨਾਬ ਬਾਦਸ਼ਾਹ ਜਨਾਬ ਗਿਣੇ ਜਾਂਦੇ ਨੇ ਇਸ ਏਰੀਏ ਦੇ ਜੀ। ਮੈਂ ਜਨਾਬ ਇਹਨਾਂ ਕੋਲ ਵਿਜ਼ਿਟ ਕਰਨ ਆਇਆ ਹਾਂ ਅਤੇ ਬੱਕਰੀਆਂ ਦੇ ਪ੍ਰੋਗਰਾਮ ਕੀਤੇ ਨੇ, ਅਤੇ ਮਜ਼ੀਦ ਇਸ ਟਾਈਮ ਮੈਂ ਇੱਥੇ ਇੰਜੋਏ ਕਰਨ ਆਇਆ, ਸੈਰ ਕਰਨ ਆਇਆ। ਵੇਖੋ ਪਹਾੜ ਕਿੱਡੇ ਸੋਹਣੇ ਨੇ ਮਾਸ਼ਾਅੱਲਾ, ਇਹ ਸਾਰਾ ਕੁਝ ਬੱਕਰੀਆਂ ਦੀ ਬਦੌਲਤ ਹੈ ਔਰ ਤੁਹਾਡੇ ਪਿਆਰ ਦੀ ਬਦੌਲਤ ਹੈ। ਤੁਸੀਂ ਸਾਨੂੰ ਮੰਦਰੇ ਆਮ 'ਤੇ ਲਿਆਂਦਾ, ਮੰਦਰੇ ਆਮ 'ਤੇ ਕੀਤਾ, ਅਤੇ ਅੱਜ ਸਾਨੂੰ ਦੁਨੀਆ ਸਾਡੀ ਇੱਜ਼ਤ ਕਰਦੀ ਹੈ। ਅੱਲਾ ਪਾਕ ਤੁਹਾਡੀਆਂ ਇੱਜ਼ਤਾਂ ਬੁਲੰਦ ਕਰੇ ਜਨਾਬ। ਆਮੀਨ ਜੀ, ਆਮੀਨ। ਅਤੇ ਇਹ ਜਿਹੜੀ ਕੋਲ ਬੱਕਰੀ ਮਾਸ਼ਾਅੱਲਾ ਕਿਹੜੀ ਬਰੀਡ ਹੈ, ਇਹ ਵੀ ਦੱਸ ਦਿਓ। ਚਲੋ, ਇਹ ਜਿਹੜੀ ਬਰੀਡ ਹੈ ਇਹ ਚਕਵਾਲ ਜ਼ਿਲ੍ਹੇ ਦੀ ਮੁਕਾਮੀ ਬਰੀਡ ਹੈ, ਜਿਹਨੂੰ ਮਤਲਬ ਹੈ ਕਿ ਇਹ ਕੀ ਨਾਂ ਲਈਦਾ, ਫਜ਼ੀਲਤ ਹਾਸਲ ਹੈ ਪਹਾੜਾਂ ਦੇ ਵਿੱਚ ਰਹਿਣ ਦੀ, ਪਹਾੜਾਂ 'ਚ ਬਸੇਰਾ ਕਰਨ ਦੀ ਔਰ ਪਹਾੜੀ ਮੌਸਮ ਬਰਦਾਸ਼ਤ ਕਰਨ ਦੀ। ਇਹਦੇ ਸਿੰਘ ਨੇ ਜਿਹੜੇ ਸਰ, ਅੱਲਾ ਦੀ ਤਬਾਰਕ ਤਾਲਾ ਦੀ ਜ਼ਾਤ ਨੇ ਇਹ ਜਿਹੜੇ ਸਿੰਘ ਨੇ ਨਾ ਇਹਦੇ, ਇਹਦਾ ਔਜ਼ਾਰ ਰੱਖੇ ਆ। ਪਹਾੜਾਂ ਦੇ ਵਿੱਚ 100 ਕਿਸਮ ਦੇ ਜਾਨਵਰ ਨੇ ਜਿਹੜੇ ਮਤਲਬ ਸ਼ਿਕਾਰੀ ਜਾਨਵਰ ਹੁੰਦੇ ਨੇ, ਜਿਹੜੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ, ਉਹਨਾਂ ਨਾਲ ਲੜਨ ਦੀ ਇਹ ਮੁਕੰਮਲ ਸਲਾਹੀਅਤ ਰੱਖਦੀਆਂ ਨੇ। ਇਹ ਨਹੀਂ ਕਿ ਬੰਦਿਆਂ ਨੂੰ ਮਾਰਦੀਆਂ, ਨਹੀਂ, ਕੋਈ ਮਤਲਬ ਹੈ ਕਿ ਗਿੱਦੜ ਹੋ ਗਿਆ, ਗਿੱਦੜ ਨੂੰ ਮਾਰਨ ਦੀ ਸਲਾਹੀਅਤ ਰੱਖਦੀਆਂ ਨੇ, ਜਾਂ ਫਿਰ ਮਤਲਬ ਬਘਿਆੜ ਹੋ ਗਿਆ, ਦੀਗਰ ਜਿਹੜੇ ਜਾਨਵਰ ਨੇ ਚੀਤਾ ਵਗੈਰਾ, ਇੱਥੇ ਅਗਰ ਉਹ ਆ ਜਾਣ ਅਤੇ ਉਹਨਾਂ ਨਾਲ ਵੀ ਲੜਨ ਦੀ ਸਲਾਹੀਅਤ ਰੱਖਦੇ ਨੇ। ਵੇਖਿਆ ਕਿੱਡੀ ਮਾਸ਼ਾਅੱਲਾ ਕੌੜੀ ਬੱਕਰੀ ਹੈ ਜੀ ਜੀ। ਠੀਕ ਹੋ ਗਿਆ ਜੀ ਸਰ। ਅੱਛਾ ਫਿਆਜ਼ ਭਾਈ, ਚਲੋ ਥੋੜ੍ਹੀ ਜਿਹੀ
ਸੈਰ ਵਾਸਤੇ ਆਏ ਹੋ, ਥੋੜੀ ਜਿਹੀ ਮਾਲੂਮਾਤ ਹੋਰ ਦੇ ਦਿਓ ਜੀ ਸਰ, ਕਿ ਅੱਜ ਕੱਲ ਬਾਰਿਸ਼ ਦਾ ਮੌਸਮ ਹੈ ਜੀ ਸਰ, 3-4 ਦਿਨ 5 ਦਿਨ ਲਗਾਤਾਰ ਬਾਰਿਸ਼ ਹੁੰਦੀ ਹੈ ਜੀ, ਤੇ ਬੱਕਰੀਆਂ ਜਿਹੜੀਆਂ ਨੇ ਵਾੜੇ 'ਚ ਰਹਿੰਦੀਆਂ ਨੇ, ਵਾੜੇ 'ਚੋਂ ਬਾਹਰ ਨਹੀਂ ਜਾ ਸਕਦੀਆਂ, ਬਾਰਿਸ਼ ਹੋ ਰਹੀ ਹੈ ਠੀਕ ਹੈ ਨਾ, ਅਤੇ ਬੜਾ ਸਾਰਾ ਗਿੱਲਾ ਹੋ ਜਾਂਦਾ ਵੇ, ਅਤੇ ਉਹਨਾਂ ਨੂੰ ਖੁਸ਼ਕ ਜਿਹਾ ਕਰਨ ਵਾਸਤੇ, ਮਹਿਫੂਜ਼ ਕਰਨ ਵਾਸਤੇ ਕੀ ਤਰੀਕਾਕਾਰ ਹੈ? ਤਾਰਕ ਭਾਈ, ਅਸੀਂ ਬੇਸ਼ੁਮਾਰ ਪ੍ਰੋਗਰਾਮਾਂ ਦੇ ਵਿੱਚ ਦੋਸਤਾਂ ਨੂੰ ਅਗਾਹ ਕਰਦੇ ਰਹਿੰਦੇ ਹਾਂ, ਰਹਿਨਮਾਈ ਦਿੰਦੇ ਰਹਿੰਦੇ ਹਾਂ ਆਪਣੇ ਵੀਰਾਂ ਨੂੰ, ਅਤੇ ਤੁਸੀਂ ਲੱਕੜ ਦੇ ਥੱਲੇ ਪੈਲਟ ਲਾਵੋ ਜਿੱਥੇ ਤੁਸੀਂ ਬੱਕਰੀਆਂ ਰੱਖੀਆਂ ਨੇ, ਅਗਰ ਚ ਬੱਕਰੀਆਂ ਪੂਰਾ ਮਹੀਨਾ ਵੀ ਮੂਤਰਦੀਆਂ ਰਹਿਣ ਜਿੱਥੇ ਤੁਸੀਂ ਬੱਕਰੀਆਂ ਬੰਨਦੇ ਹੋ, ਅਗਰ ਤੁਸੀਂ ਪੈਲਟ ਲਾਏ ਨੇ ਅੱਲਾਹ ਪਾਕ ਦੇ ਫਜ਼ਲ ਨਾਲ, ਨਾ ਗਰਮੀਆਂ 'ਚ ਮਸਲਾ ਬਣੇਦਾ, ਨਾ ਤੁਹਾਨੂੰ ਭੋ ਮਾਂ ਦੇ 'ਚ ਮਸਲਾ ਬਣੇਦਾ, ਕਿਉਂਕਿ ਥੱਲੇ ਫੱਟਾ ਲੱਗੇ ਆ 2-4 ਇੰਚ ਗਿੱਠ, 1-2 ਫੁੱਟ ਉੱਚਾ ਹੁੰਦਾ ਥੱਲੇ, ਜਿੰਨਾ ਮਤਲਬ ਮਰਜ਼ੀ ਇਹਨਾਂ ਦਾ ਪਿਸ਼ਾਬ ਹੋਵੇ, ਇਹਨਾਂ ਨੂੰ ਮਸਲਾ ਕੋਈ ਨਹੀਂ ਬਣਦਾ ਜੀ। ਅਗਰ ਜੇ ਜਿਹੜੇ ਬੰਦੇ ਜਿਹੜੇ ਦੋਸਤ ਪੈਲਟ ਨਹੀਂ ਲਾ ਸਕਦੇ ਲੱਕੜ ਦਾ, ਉਹਨਾਂ ਵਾਸਤੇ ਮੇਰਾ ਇਹ ਪੈਗਾਮ ਸੀ, ਮੈਂ ਦੋਸਤਾਂ ਨੂੰ ਬੇਸ਼ੁਮਾਰ ਲੈਕਚਰ ਦੇ ਚੁੱਕਿਆ ਕਿ 1-2 ਟਰਾਲੀ ਰੇਤ ਦੀ ਜਾਂ ਮਿੱਟੀ ਦੀ ਸਟਾ ਲਵੋ, ਨਾਲ ਨਾਲ ਆਪਣੇ ਜਾਨਵਰਾਂ ਨੂੰ ਸੁੱਕ ਥੱਲੇ ਪਾਉਂਦੇ ਰਵਾ ਕਰੋ, ਔਰ ਮਾਸ਼ਾਅੱਲਾ ਦੋਸਤ ਸੁੱਕ ਪਾਉਂਦੇ ਰਹਿੰਦੇ ਨੇ, ਔਰ ਦੋਸਤਾਂ ਦੇ ਜਾਨਵਰ ਮਾਸ਼ਾਅੱਲਾ ਮਹਿਫੂਜ਼ ਨੇ ਜੀ ਸਰ। ਜੀ ਠੀਕ ਹੋ ਗਿਆ ਜੀ। ਅਤੇ ਹੋਰ ਕਹਿੰਦੇ ਨੇ ਜੀ, ਬੱਕਰੀ ਜਿਹੜੀ ਹੈ ਜੀ, ਇਹਨੂੰ ਠੰਡ ਕੋਲੋਂ ਠੰਡ ਤਾਂ ਬਰਦਾਸ਼ਤ ਕਰ ਲੈਂਦੀ ਹੈ ਜੀ, ਲੇਕਿਨ ਬਾਰਿਸ਼ ਤੋਂ ਜਿਹੜੇ ਆ ਨਾ ਮਾਰ ਦਿੰਦੀ ਹੈ ਇਹਨੂੰ। ਜਨਾਬ ਮੁਹੰਮਦ ਤਾਰਕ ਸਾਹਿਬ, ਪਿਆਰੇ ਭਾਈ, ਬੱਕਰੀ ਜਿਹੜੀ ਹੈ ਭਲੇ ਸਰਦੀ ਹੋਵੇ ਭਲੇ ਗਰਮੀ ਹੋਵੇ, ਇਹ ਵਾਕਈ ਬਾਰਿਸ਼ ਬਰਦਾਸ਼ਤ ਨਹੀਂ ਕਰਦੀ, ਇਹਦੇ ਵਾਸਤੇ ਬਾਰਿਸ਼ ਚੰਗੀ ਨਹੀਂ ਹੁੰਦੀ। ਸਰਦੀ ਦੇ ਵਿੱਚ ਜਦੋਂ ਭਿੱਜ ਜਾਂਦੀ ਹੈ ਤਾਂ ਵਿਚਾਰੀ ਇਹਨਾਂ ਨੂੰ ਪਾਲਾ ਲੱਗਦਾ, ਅਤੇ ਫਿਰ ਬਰਦਾਸ਼ਤ ਕਰਨਾ ਇਹਦੇ ਵਾਸਤੇ ਮੁਸ਼ਕਲ ਹੋ ਜਾਂਦਾ ਜੀ। ਸਰਦੀ ਨੂੰ ਤਾਂ ਬਰਦਾਸ਼ਤ ਕਰ ਲੈਂਦੀ ਹੈ ਕਿਉਂਕਿ ਇਹਨੇ ਖਾਧਿਆ ਹੁੰਦਾ, ਗਿੱਲੀ ਨਹੀਂ ਹੁੰਦੀ, ਸੁੱਕੀ ਹੁੰਦੀ ਹੈ, ਹੀਟਰ ਦੇ ਅੰਦਰ ਬਹੁਤ ਜ਼ਿਆਦਾ ਹੋ ਜਾਂਦੀ ਹੈ, ਅਤੇ ਜਦੋਂ ਵਿਚਾਰੀ ਉੱਥੋਂ ਵੀ ਭਿੱਜ ਜਾਂਦੀ ਹੈ ਤਾਂ ਫਿਰ ਕਿੱਧਰ ਜਾਏ, ਅਤੇ ਬਿਹਤਰ ਐਵੇਂ ਕਿ ਇਹਦਾ ਸ਼ੈੱਡ ਦਾ ਇੰਤਜ਼ਾਮ ਬਿਹਤਰੀਨ ਹੋਣਾ ਚਾਹੀਦਾ। ਇਹ ਵੇਖੋ, ਇਹਨਾਂ ਵੀ ਪਹਾੜਾਂ ਦੇ ਵਿੱਚ ਬਸੇਰਾ ਕੀਤਾ, ਲੇਕਿਨ ਇਹਨਾਂ ਸ਼ੈੱਡ ਬਣਾਇਆ, ਵੇਖੋ ਮੇਰੇ ਨਾਜ਼ਰ ਨੂੰ ਵਿਖਾਓ ਇੱਕ ਮਿੰਟ ਵਾਸਤੇ, ਇਹਨਾਂ ਵੀ ਸ਼ੈੱਡ ਮਾਸ਼ਾਅੱਲਾ ਬਣਾਏ ਆ, ਬਾਰਿਸ਼ ਵਿੱਚ ਇਹਨਾਂ ਦੀਆਂ ਬੱਕਰੀਆਂ ਵੀ ਮਾਸ਼ਾਅੱਲਾ ਸ਼ੈੱਡ 'ਚ ਪੈਂਦੀਆਂ ਨੇ ਜੀ, ਅਤੇ ਇਸ ਵਾਸਤੇ ਸ਼ੈੱਡ ਲਾਜ਼ਮੀ ਹੋਣਾ ਚਾਹੀਦਾ, ਔਰ ਸ਼ੈੱਡ ਦਾ ਇੰਤਜ਼ਾਮ ਅੱਛਾ ਹੋਣਾ ਚਾਹੀਦਾ, ਨਾ ਕਿ ਤੁਸੀਂ ਨਾਕਸ ਇੰਤਜ਼ਾਮ ਕਰਕੇ। ਮੈਂ ਬੇਸ਼ੁਮਾਰ ਪ੍ਰੋਗਰਾਮ ਲੋਕਾਂ ਦੇ ਤੱਕਦਾ ਰਹਿੰਦਾ, ਜਿਹੜੇ ਬੰਦੇ ਕੰਮ ਅਕਲ ਨੇ ਉਹ ਕਹਿੰਦੇ ਨੇ ਜੀ ਸ਼ੈੱਡ 'ਤੇ ਖਰਚਾ ਨਾ ਜੀ ਕਰੋ, ਸ਼ੈੱਡ ਬਿਲਕੁਲ ਨਾਰਮਲ ਬਣਾਉਣਾ ਚਾਹੀਦਾ ਜੀ, ਬੱਕਰੀ 2 ਲੱਖ ਦੀ ਲੈ ਲਓ, ਸ਼ੈੱਡ 500 ਦਾ ਬਣਾਉਣਾ ਚਾਹੀਦਾ, ਨਹੀਂ ਸ਼ੈੱਡ ਜੇ ਤੁਸੀਂ ਮਤਲਬ ਭੈੜਾ ਬਣਾਇਆ, ਬੱਕਰੀਆਂ ਦੇ ਉੱਤੇ ਪਾਣੀ ਪੈਂਦਾ, ਚੋਂਦਾ ਸ਼ੈੱਡ, ਅਤੇ ਸਰ ਬੱਕਰੀਆਂ ਤੁਹਾਡੀਆਂ ਮਹਿਫੂਜ਼ ਨਹੀਂ ਹਨ, ਖੁਦਾ ਰਾ ਸ਼ੈੱਡ ਦਾ ਇੰਤਜ਼ਾਮ ਬਿਲਕੁਲ ਸਹੀ ਹੋਣਾ ਚਾਹੀਦਾ ਜੀ ਸਰ। ਅਤੇ ਹੋਰ ਫਿਆ ਸਾਹਿਬ, ਬਾਰਿਸ਼ ਵਿੱਚ ਬਾਹਰ ਚਰਾਈ ਨਹੀਂ ਕਰ ਸਕਦੀ ਜੀ, ਇਹਨਾਂ ਨੂੰ ਬਾੜੇ ਵਿੱਚ ਰਹਿ ਕੇ ਜੀ ਕਿਹੜੀ ਖੁਰਾਕ ਇਹਨਾਂ ਨੂੰ ਦੇਣੀ ਚਾਹੀਦੀ ਹੈ? ਜਨਾਬ ਮੁਹੰਮਦ ਤਾਰਕ ਸਾਹਿਬ, ਮੈਂ ਆਪਣੇ ਜ਼ਾਤੀ ਪ੍ਰੋਗਰਾਮ ਕਰਕੇ ਦੁਨੀਆ ਨੂੰ ਅਮਲੀ ਜਾਮਾ ਕਰਕੇ ਵਿਖਾ ਦਿੱਤਾ, ਲੂਸਣ ਦਾ ਮੈਂ ਸਟਾਕ ਕੀਤਾ, ਖੁਦ ਕਾਸ਼ਤ ਕੀਤਾ, ਸਿਕਾਇਆ, ਜਾਨਵਰਾਂ ਨੂੰ ਪਾਇਆ, ਅਮਲੀ ਜਾਮਾ ਕਰਕੇ ਵੀਡੀਓ ਬਣਵਾ ਕੇ ਤੁਹਾਡੇ ਕੋਲ, ਤੁਸੀਂ ਸਾਡੀ ਵੀਡੀਓ ਬਣਾਈਏ, ਅਸੀਂ ਬਣਾ ਕੇ ਦੱਸ ਛੱਡੀਏ, ਜਾਨਵਰ ਤਿਆਰ ਕਰਕੇ ਸੇਲ ਕੀਤੇ ਨੇ, ਦੱਸਿਆ ਦੁਨੀਆ ਨੂੰ ਕਿ ਕਿਸ ਤਰ੍ਹਾਂ ਫਾਇਦਾ ਹਾਸਲ ਕੀਤਾ ਜਾ ਸਕਦਾ ਜੀ। ਅਸੀਂ ਬੇਸ਼ੁਮਾਰ ਦੋਸਤਾਂ ਨੂੰ ਪੈਗਾਮ ਦਿੰਦੇ ਰਹਿੰਦੇ ਹਾਂ ਕਿ ਜਨਾਬ ਤੁਸੀਂ ਲੂਸਣ ਕਾਸ਼ਤ ਕਰੋ, ਕਾਸ਼ਤ ਕਰਨ ਦੀ ਤੁਸੀਂ ਸਲਾਹੀਅਤ ਨਹੀਂ ਰੱਖਦੇ, ਤੁਹਾਡੀਆਂ 10 ਬੱਕਰੀਆਂ ਨੇ ਜਾਂ 20 ਬੱਕਰੀਆਂ ਨੇ, 1 ਬੱਕਰੀ ਸੇਲ ਕਰ ਦਿਓ, 2-2.5 ਲੱਖ ਰੁਪਏ ਤੁਸੀਂ ਬੱਕਰੀ ਸੇਲ ਕਰਦੇ ਹੋ, ਅਗਰ ਜੇ ਤੁਸੀਂ 2-2.5 ਲੱਖ ਦਾ ਲੂਸਣ ਸਟਾਕ ਕਰ ਲਵੋ, ਸਾਰਿਆਂ ਜਾਨਵਰਾਂ ਦਾ ਚਾਰਾ ਤੁਹਾਡਾ ਬਿਲਕੁਲ ਫ੍ਰੀ ਹੋ ਜਾਏਗਾ, ਔਰ ਪੂਰਾ ਸਾਲ ਤੁਹਾਡੇ ਜਾਨਵਰ ਲੂਸਣ ਖਾਂਦੇ ਰਹਿਣ, ਤਾਂ ਲੂਸਣ 2-2.5 ਲੱਖ ਦਾ ਮੁੱਕਦਾ ਨਹੀਂ। ਅੱਲਾ ਪਾਕ ਦੇ ਫਸਲ ਨਾਲ, ਨਾ ਤੁਹਾਨੂੰ ਬਾਹਰ ਚਰਨ ਦੀ ਲੋੜ ਪਵੇਦੀ, ਨਾ ਤੁਹਾਨੂੰ ਬਾਰਿਸ਼ 'ਚ ਪਰੇਸ਼ਾਨ ਹੋਣ ਦੀ ਲੋੜ ਪਵੇਦੀ ਜੀ ਸਰ। ਲੇਕਿਨ ਲੂਸਣ ਦੀ
ਕਈ ਭਾਈਆਂ ਨੂੰ ਪਹਿਚਾਣ ਨਹੀਂ ਹੁੰਦੀ ਜੀ, ਉਹ ਆਰਡਰ ਕਰ ਛੱਡਦੇ ਨੇ ਤੇ ਜਦੋਂ ਆਉਂਦੇ ਨੇ ਪਤਾ ਲੱਗਦਾ ਜੀ ਇਹ ਤੇ ਬਰਸੀਮ ਹੈ ਕੁਤਰਿਆ ਹੋਇਆ, ਤੂੰ ਕੋਈ ਪਹਿਚਾਣ ਵੀ ਦੱਸੋ ਨਾ ਤਾਂ ਕਿ ਭਾਈਆਂ ਨੂੰ। ਪਿਆਰੇ ਭਾਈ ਜਿਹੜਾ ਲੂਸਣ ਹੈ ਮਾਸ਼ਾਅੱਲਾ ਇਹ ਸਖਤ ਤੰਨੇ ਦਾ ਮਾਲਕ ਹੁੰਦਾ, ਇਹਦਾ ਤੰਨਾ ਸਖਤ ਹੁੰਦਾ ਹੈ, ਜਿਹੜਾ ਬਰਸੀਨ ਹੁੰਦਾ ਇਹਦਾ ਤੰਨਾ ਭੁੱਕੜਾ ਹੁੰਦਾ, ਭਾਵੇਂ ਸੁੱਕ ਜਾਏ ਅਤੇ ਭਾਵੇਂ ਜਨਾਬ ਇਹ ਰਾਹ ਹੋਵੇ, ਬਰਸੀਨ ਦਾ ਜਿਹੜਾ ਤੰਨਾ ਹੁੰਦਾ ਅਗਰ ਸੁੱਕਿਆ ਹੋਵੇ ਤਾਂ ਉਹਨੂੰ ਇੰਝ ਕਰਕੇ ਭੁਰੀਏ ਤਾਂ ਆਸਾਨੀ ਨਾਲ ਭੁਰ ਜਾਂਦਾ। ਕਿਉਂਕਿ ਮੇਰੇ ਕੋਲ ਇਸ ਟਾਈਮ ਮੌਜੂਦ ਨਹੀਂ ਹੈ ਵੀ ਮੈਂ ਪਹਾੜਾਂ ਦੇ ਵਿੱਚ ਮੌਜੂਦ ਹਾਂ, ਮੈਂ ਦੇਖੋ ਦਾ ਮੁਸਾਫਰ ਹਾਂ, ਮਹਿਮਾਨ ਆਇਆ ਕਿਧਰੇ, ਮੈਂ ਤੁਹਾਨੂੰ ਅਮਰੀ ਜਾਮਾ ਕਰਕੇ ਨਹੀਂ ਵਿਖਾ ਸਕਦਾ, ਲੇਕਿਨ ਜਿਹੜੇ ਦੋਸਤ ਲੂਸਣ ਦੀ ਪਹਿਚਾਣ ਰੱਖਦੇ ਨੇ ਉਹ ਮੇਰੀ ਗੱਲ 'ਤੇ ਇਤਫਾਕ ਕਰਨਗੇ, ਲੂਸਣ ਅਗਰ ਸੁੱਕ ਵੀ ਜਾਏ ਉਹਦਾ ਤਨਾ ਇਸ ਤਰ੍ਹਾਂ ਭੁਰੀਏ ਨਹੀਂ ਭੁਰਦਾ, ਸਖਤ ਹੁੰਦਾ ਜੀ, ਇਤਨਾ ਵੀ ਸਖਤ ਨਹੀਂ ਹੁੰਦਾ ਕਿ ਬੱਕਰੀਆਂ ਨੂੰ ਖਾ ਨਹੀਂ ਸਕਦੀਆਂ, ਬੱਕਰੀਆਂ ਮਾਸ਼ਾਅੱਲਾ ਖੁਸ਼ੀ ਨਾਲ ਖਾ ਲੈਂਦੀਆਂ ਨੇ, ਉਹਨੂੰ ਡਾਈਜੈਸਟ ਆਰਾਮ ਸਕੂਨ ਨਾਲ ਕਰ ਲੈਂਦੀਆਂ, ਜ਼ਬਰ ਆਰਾਮ ਸਕੂਨ ਨਾਲ ਕਰ ਲੈਂਦੀਆਂ ਨੇ, ਠੀਕ ਹੈ। ਲੇਕਿਨ ਜਿਹੜਾ ਬਰਸੀਨ ਹੁੰਦਾ ਉਹ ਫੋਕਲਾ ਹੁੰਦਾ, ਉਹਦਾ ਕੋਈ ਵਾਇਆ ਨਹੀਂ ਹੁੰਦਾ, ਆਰਾਮ ਨਾਲ ਕਰਕੇ ਭੁਰੀਏ ਤੋਂ ਰੇਜ਼ਾ ਰੇਜ਼ਾ ਹੋ ਜਾਂਦਾ। ਅਤੇ ਜਿਹੜੇ ਡੀਲਰ ਹਜ਼ਰਾਤ ਨੇ ਅਮੂਮਨ ਇਹ ਦੋਸਤਾਂ ਨਾਲ ਧੋਖਾ ਕਰਦੇ ਨੇ, ਮੇਰੀ ਇਹਨਾਂ ਅੱਗੇ ਹੱਥ ਬੰਨ ਕੇ ਰਿਕੁਐਸਟ ਹੈ, ਖੁਦਾਰਾ ਬੱਕਰੀਆਂ ਵਾਲੇ ਸਾਦਾ ਲੋਕ ਇਨਸਾਨ ਹੁੰਦੇ ਨੇ, ਬਹੁਤ ਸਾਫ਼ ਦਿਲ ਦੇ ਮਾਲਕ ਹੁੰਦੇ ਨੇ ਜਿਹਨਾਂ ਬੱਕਰੀਆਂ ਰੱਖੀਆਂ ਹੁੰਦੀਆਂ ਨੇ, ਅਤੇ ਸਾਫ਼ ਦਿਲ ਵਾਲਿਆਂ ਬੰਦਿਆਂ ਨਾਲ ਧੋਖਾ ਕਰਨਾ ਇੰਤਹਾਈ ਦਰਜੇ ਦਾ ਜ਼ੁਲਮ ਹੈ, ਜੁਰਮ ਹੈ। ਇਹਨਾਂ ਨਾਲ ਲੂਸਣ ਦੇ ਪੈਸੇ ਲੈਂਦੇ ਹੋ ਅਤੇ ਇਹਨਾਂ ਨਾਲ ਲੂਸਣ ਹੀ ਸਪਲਾਈ ਕਰਿਆ ਕਰੋ ਜੀ ਸਰ। ਜੀ ਠੀਕ ਹੋ ਗਿਆ। ਅੱਛਾ ਫਿਆ ਸਾਹਿਬ, ਤੁਸੀਂ ਬੱਕਰੀਆਂ ਦੇ ਬਾਰੇ 'ਚ ਦੱਸ ਛੜਿਆ, ਬਾਰੇ 'ਚ ਕਿੰਝ ਕੇਅਰ ਕਰਨੀ ਹੈ ਜੀ, ਤੇ ਸਰਦੀ ਕੋਲ ਕਿੰਝ ਬਚਾਉਣਾ ਜੀ? ਛੋਟੇ ਜਿਹੜੇ ਬੱਚੇ ਹੁੰਦੇ ਆ ਇਹਨਾਂ ਦਾ ਵੀ ਬੜਾ ਮਸਲਾ ਹੁੰਦਾ ਵੇ ਜੀ ਸਰ, ਇਹ ਬਹੁਤ ਜ਼ਾਇਆ ਹੁੰਦੇ ਨੇ ਸਰਦੀ ਵਿੱਚ ਜਾਂ ਬਾਰਿਸ਼ 'ਚ, ਇਹਨਾਂ ਦਾ ਵੀ ਕੋਈ ਹਿਫਾਜ਼ਤੀ ਤਦਾਬੀਰ ਦੱਸੋ। ਪਹਿਰੇ ਭਾਈ ਜਿਹੜੀਆਂ ਬੱਕਰੀਆਂ ਦੇ ਬੱਚੇ ਦੁੱਧ ਪੀਂਦੇ ਨੇ, ਖਸੂਸੀ ਛੋਟੇ ਮਾਸੂਮ ਹੁੰਦੇ ਨੇ, ਜਿਹੜੀ ਪਨੀਰੀ ਹੁੰਦੀ ਹੈ ਛੋਟੀ ਜੀ, ਅਗਰ ਜੇ ਤੁਹਾਡੀਆਂ ਬੱਕਰੀਆਂ ਗਰਮ ਨੇ, ਤੁਸੀਂ ਉਹਨਾਂ ਨੂੰ ਗਰਮ ਖੁਰਾਕ ਪਾਉਂਦੇ ਹੋ, ਜੇ ਗਰੇਜ਼ਿੰਗ ਜਿਹੜੇ ਬੰਦੇ ਕਰਾਉਂਦੇ ਨੇ ਬਾਹਰ ਚਰਾਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ, ਜ਼ਿਆਦਾਤਰ ਬੇਰੀ ਪਾਉਂਦੇ ਨੇ ਸਰਦੀਆਂ ਦੇ ਵਿੱਚ, ਕਿੱਕਰ ਦਾ ਜ਼ਿਆਦਾਤਰ ਇਸਤੇਮਾਲ ਕਰਾਉਂਦੇ ਨੇ, ਜਿਹੜੇ ਦੋਸਤ ਸਾਡੇ ਪਹਾੜਾਂ 'ਚ ਮੌਜੂਦ ਨੇ ਇਹ ਫਲਾਈ ਦਾ ਇਸਤੇਮਾਲ ਕਰਾਉਂਦੇ ਨੇ, ਕਾਊ ਦਾ ਇਸਤੇਮਾਲ ਕਰਾਉਂਦੇ ਨੇ, ਦੀਗਰ ਗਰਮ ਚੀਜ਼ਾਂ ਦਾ ਇਸਤੇਮਾਲ ਕਰਾਉਂਦੇ ਨੇ, ਜਦੋਂ ਇਹਨਾਂ ਗਰਮ ਹੁੰਦੀਆਂ ਨੇ ਬੱਕਰੀਆਂ, ਗਰਮ ਦੁੱਧ ਇਹਨਾਂ ਦਾ ਤਸੀਚ ਹੁੰਦਾ ਹੈ, ਠੀਕ ਹੈ, ਫਿਰ ਇਹਨਾਂ ਦੇ ਬੱਚਿਆਂ ਨੂੰ ਗਰਮੀ ਸਰਦੀ ਨਹੀਂ ਲੱਗਦੀ, ਅੱਲਾ ਦੇ ਹੁਕਮ ਨਾਲ ਬਰਕਰਾਰ ਰਹਿੰਦੇ ਨੇ। ਜਿਹੜੇ ਬੰਦੇ ਬਰਸੀਨ ਪਾਉਂਦੇ ਨੇ ਉਹਨਾਂ ਦੇ ਜਾਨਵਰ ਠੰਡੇ ਹੋ ਜਾਂਦੇ ਨੇ, ਉਹ ਫਿਰ ਅਲੱਗ ਹੀ ਕਰਦੇ ਨੇ, ਲੰਡੇ 'ਚ ਕੋਟੀਆਂ ਲੈ ਬੱਚਿਆਂ ਦੇ ਪਾ, ਬੱਕਰੀਆਂ ਦੇ ਪਾ, ਕੋਟੀਆਂ ਪਾਉਣ 'ਚ ਮਸਰੂਫ ਹੁੰਦੇ ਨੇ, ਇਹ ਨਹੀਂ ਕੋਸ਼ਿਸ਼ ਕਰਦੇ ਕਿ ਅਸੀਂ ਆਪਣੇ ਜਾਨਵਰ ਨੂੰ ਖੁਰਾਕ ਗਰਮ ਦੇਈਏ, ਬਿਹਤਰ ਹੈ ਕਿ ਤੁਸੀਂ ਆਪਣੇ ਜਾਨਵਰ ਨੂੰ ਗਰਮ ਖੁਰਾਕ ਦਿਓ, ਨਾ ਕਿ ਉਹਨੂੰ ਗਰਮ ਤੁਸੀਂ ਕੱਪੜੇ ਬਣਾ ਦਿਓ ਜੀ, ਕੱਪੜੇ ਬਿਲਕੁਲ ਉਹਨੂੰ ਗਰਮ ਬਣਾਉਣ ਦੀ ਕੋਈ ਲੋੜ ਨਹੀਂ ਹੁੰਦੀ, ਖੁਰਾਕ ਗਰਮ ਦਿਓ ਤਾਂ ਕਿ ਤੁਹਾਡਾ ਜਾਨਵਰ ਗਰਮ ਰਹੇ ਔਰ ਉਹਦੇ ਦੁੱਧ ਦਾ ਤਸੀਰ ਗਰਮ ਹੋਵੇ, ਅਗਰ ਦੁੱਧ ਦਾ ਤਸੀਰ ਗਰਮ ਹੋਇਆ ਤਾਂ ਬੱਚਾ ਤੁਹਾਡਾ ਸਰਦੀਆਂ 'ਚ ਜ਼ਾਇਆ ਨਹੀਂ ਹੋਣ ਲੱਗਾ। ਗਰਮ ਖੁਰਾਕ ਕਿਹੜੀ ਹੁੰਦੀ ਹੈ? ਇੱਕ ਤਾਂ ਲੂਸਣ ਹੋ ਗਿਆ, ਲੂਸਣ ਲੂਸਣ ਦੀ ਤਸੀਰ ਪਹਿਲਾਂ ਦੱਸੋ ਕੈਸੀ ਹੁੰਦੀ ਹੈ? ਸਰ ਲੂਸਣ ਗਰਮ ਹੁੰਦਾ ਮਾਸ਼ਾਅੱਲਾ ਔਰ ਤਾਕਤ ਵਾਲਾ ਲੂਸਣ ਹੁੰਦਾ, ਪ੍ਰੋਟੀਨ ਸਾਰੇ ਦੱਸਦੇ ਨੇ, ਕੋਈ ਦੱਸਦਾ 18% ਤੇ, ਕੋਈ ਦੱਸਦਾ 22%, ਕੋਈ ਦੱਸਦਾ 28%, ਜਿੰਨੇ ਮੂੰਹ ਉਹਨੀਆਂ ਗੱਲਾਂ, ਅਮੂਮਨ ਬੰਦਿਆਂ ਦਾ ਤਜਰਬਾ ਹੀ ਨਹੀਂ ਹੁੰਦਾ, ਭੇੜ ਚਾਲ ਬਣੇ ਨੇ, ਇੱਕ ਬੰਦਾ ਝੂਠ ਬੋਲਦਾ ਉਹ ਯੂਟਿਊਬ 'ਤੇ ਆ ਕੇ ਪਿੱਛੇ 100 ਬੰਦਾ ਝੂਠ ਬੋਲੀ ਜਾਂਦਾ, ਸਮਝਦੇ ਕਿ ਅਸੀਂ ਜਿਹੜੇ ਬੰਦੇ ਦੀ ਗੱਲ ਸੁਣ ਲਈਏ ਬੱਲੀ ਅੱਲਾ, ਇਹ ਅੱਲਾ ਦਾ ਬੜਾ ਨੇਕ ਮੁਤਕੀ ਪਰਹੇਜ਼ਗਾਰ ਹੈ, ਅਮੂਮਨ ਬੰਦੇ ਫੇਮਸ ਹੋਣ ਵਾਸਤੇ ਇੰਜੇ ਮੂੰਹ ਜੋ ਮੂੰਹ 'ਚ ਆਉਂਦਾ ਬੱਕੀ ਜਾਂਦੇ ਨੇ। ਮਿਹਰਬਾਨੀ ਕਰਕੇ ਖੁਦ ਅਮਲੀ ਜਾਮਾ ਕਰੋ, ਤੁਹਾਨੂੰ ਪਤਾ ਲੱਗੇ ਫਿਰ ਬਿਆਨ ਕਰੋ, ਨਾ ਕਿ ਤੁਸੀਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਅਤੇ ਪੇਅ ਦੀ ਮਕਦਾਰ ਦੱਸੋ, ਹਰ ਬੰਦਾ ਸਾਇੰਸਦਾਨ ਨਹੀਂ ਹੈ ਸਰ। ਤਾਰਕ ਸਾਹਿਬ ਜੀ, ਲੂਸਣ ਦੀ ਕੁਆਲਿਟੀ ਚੈੱਕ ਕਰਨਾ ਇਹ ਜਨਾਬ ਕੰਮ ਹੈ ਲੈਬਾਰਟਰੀ ਦਾ ਜੀ, ਉਹ ਮਕਦਾਰ ਦੱਸ ਸਕਦਾ ਜੀ ਪ੍ਰੋਟੀਨ ਕਿੰਨੀ ਹੈ, ਇਹਦੇ 'ਚ ਗਰਮੀ ਕਿੰਨੀ ਹੈ, ਇਹਦੇ 'ਚ ਸਰਦੀ ਕਿੰਨੀ ਹੈ, ਇਹਦਾ ਕੈਲਸ਼ੀਅਮ ਦਾ ਕਿੰਨਾ ਤਲਕ ਹੈ, ਇਹਦੇ ਨਾਲ ਫਾਈਬਰ ਦਾ ਕਿੰਨਾ ਤਲਕ ਹੈ। ਜਿਹੜੇ ਬੰਦੇ ਐਕਸਪਰਟ ਨੇ ਉਹ ਗੱਲਬਾਤ ਸਹੀ ਬਿਆਨ ਕਰਦੇ ਨੇ, ਜਿਹੜੇ ਬੰਦੇ ਨਾੜੀ ਹੁੰਦੇ ਨੇ ਫੇਮਸ ਹੋਣੇ ਵਾਸਤੇ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਜਨਾਬ ਆਵਾਮ ਨੂੰ ਗੁੰਮਰਾਹ ਕਰ ਛੱਡਦੇ ਨੇ।
ਅੱਛਾ ਤੇ ਲੂਸਨ ਤੁਸੀਂ ਦੱਸ ਰਿਹਾ ਇਸ ਤੋਂ ਇਲਾਵਾ ਗਰਮ ਖੁਰਾਕ ਕਿਹੜੀ ਦੇਣੀ ਹੈ? ਇਹਦੇ ਨਾਲ ਜਨਾਬ ਗਰਮ ਖੁਰਾਕ ਹੈ ਜੋਧਰਾ, ਜਿਹਨੂੰ ਮੁਖਤਲਿਫ ਇਲਾਕਿਆਂ ਦੇ ਵਿੱਚ ਜਵਾ ਹੀ ਬੋਲਿਆ ਜਾਂਦਾ ਹੈ। ਅਮੂਮਨ ਦੋਸਤ ਜੋਧਰੀ ਬੋਲਦੇ ਨੇ, ਜਿਹੜੀ ਇਹਦੀ ਮਾਦੀ ਹੁੰਦੀ ਹੈ। ਜੋਧਰਾ ਬਹੁਤ ਗਰਮ ਖੁਰਾਕ ਇਹਦੀ, ਸਰਦੀਆਂ ਗਰਮੀਆਂ 'ਚ ਅੱਲਾ ਪਾਕ ਦੇ ਫਸਲ ਨਾਲ ਇਹ ਕਾਮਯਾਬ ਹੈ ਜੀ। ਠੀਕ ਹੋ ਗਿਆ ਫਿਆਜ਼ ਭਾਈ, ਬਹੁਤ ਅੱਛੀ ਮਾਲੂਮਾਤ ਦੇ ਰਹੇ ਹੋ। ਅੱਛਾ ਯਾਰ ਲੂਸਨ ਹੈ ਜੀ, ਇਹ ਗਰਮ ਹੁੰਦਾ ਵੇ ਜੀ, ਤੇ ਅਗਰ ਗਰਮੀਆਂ 'ਚ ਇਸਤੇਮਾਲ, ਗਰਮੀਆਂ 'ਚ ਵੀ ਇਸਤੇਮਾਲ ਕਰਵਾ ਸਕਦੇ ਹੋ ਜੀ? ਸਰ ਸਰ ਲੂਸਨ 12 ਮਹੀਨੇ ਖਾ ਸਕਦੇ ਹੋ ਤੁਸੀਂ, ਜਾਨਵਰਾਂ ਨੂੰ ਖਵਾ ਸਕਦੇ ਹੋ। ਕਿਉਂਕਿ ਵੇਖੋ ਰੋਟੀ ਜਿਹੜੀ ਹੁੰਦੀ ਹੈ ਅਸੀਂ ਕਣਕ ਦੀ ਖਾਂਦੇ ਹਾਂ, ਇਹਦਾ ਤਸੀਰ ਬਹੁਤ ਗਰਮ ਹੈ। ਅਗਰ ਮੱਝ ਨੂੰ 2-4 ਰੋਟੀਆਂ ਖਵਾਈਆਂ ਉਹਨਾਂ ਰੋਜ਼ ਰੋਟੀ ਨਾਲ ਤਾਂ ਪਚਾ ਨਹੀਂ ਸਕਦੀ, ਬੱਕਰੀ ਨੂੰ 2 ਰੋਟੀਆਂ ਦਿਓ ਨਹੀਂ ਪਚਾ ਸਕਦੀ, ਜਿਹੜੀਆਂ ਬੱਕਰੀਆਂ ਖਾਣੇ ਵਾਲ ਜਾਂਦੀਆਂ ਨੇ ਉਹ 4-4 ਹੀ ਰੋਟੀਆਂ ਖਾ ਜਾਂਦੀਆਂ ਨੇ। ਅਮੂਮਨ ਜਾਨਵਰ ਰੋਟੀਆਂ ਖਾ ਕੇ ਮਰ ਜਾਂਦੇ ਨੇ, ਇਨਸਾਨ ਸੁਬਾਹ ਦੁਪਹਿਰ ਸ਼ਾਮ 4-4 ਰੋਟੀਆਂ ਪਚਾਉਂਦਾ ਹੈ। ਕਿਉਂਕਿ ਇਹਦੀ ਖੁਰਾਕ ਹੈ ਲੂਸਨ, ਇਹਨਾਂ ਦੀ ਖੁਰਾਕ ਹੈ। ਅਗਰ 12 ਮਹੀਨੇ ਖਾਣ, ਜਿਹੜੇ ਮਰਜ਼ੀ ਖਾਣ, ਅੱਲਾ ਪਾਕ ਦੇ ਫਸਲ ਇਹਨਾਂ ਨੂੰ ਲੂਸਨ ਨਾਲ ਨੁਕਸਾਨ ਨਹੀਂ ਹੋਇਆ। ਕਿਉਂ? ਲੂਸਨ ਦੀ ਨੁਕਸਾਨ ਖੁਰਾਕ ਹੈ ਸਰ, ਇਹਨਾਂ ਦੀ ਖੁਰਾਕ ਨੁਕਸਾਨ ਨਹੀਂ ਪਹੁੰਚਾ ਸਕਦੀ, ਇਹਨਾਂ ਦੀ ਰਵਾਇਤੀ ਖੁਰਾਕ ਹੈ ਲੂਸਨ, ਕਿਸ ਤਰ੍ਹਾਂ ਨੁਕਸਾਨ ਇਹਨਾਂ ਨੂੰ ਹੋਵੇਗਾ ਜੀ? ਠੀਕ ਹੋ ਗਿਆ। ਅੱਛਾ ਤੇ ਹੋ ਗਿਆ, ਚਲੋ ਤੁਸੀਂ ਦੱਸਿਆ ਖੁਰਾਕ ਇਹਨਾਂ ਦਾ ਸਰਦੀ ਤੇ ਬਾਰਿਸ਼ ਵਾਸਤੇ ਜੀ। ਸਰ ਇਸ ਤੋਂ ਇਲਾਵਾ ਕੁਛ, ਜੋ ਸਰਦੀ ਮੌਸਮ ਚੇਂਜ ਹੁੰਦਾ, ਅੱਜ ਕੱਲ੍ਹ ਮੌਸਮ ਚੇਂਜ ਹੋ ਰਿਹਾ ਹੈ ਜੀ, ਬਹੁਤ ਸਾਰੀਆਂ ਬਿਮਾਰੀਆਂ ਵੀ ਅਟੈਕ ਕਰਦੀਆਂ ਜੀ ਸਰ, ਕਿਹੜੀ ਕਿਹੜੀ ਬਿਮਾਰੀ ਹੁੰਦੀ ਹੈ ਤੇ ਉਹਨਾਂ ਦਾ ਇਲਾਜ? ਸਰ ਅੱਜ ਕੱਲ੍ਹ ਸਾਉਣ ਭਾਦਰੇ ਦੇ ਵਿੱਚ ਜਿਹੜੀ ਬਿਮਾਰੀ ਲੱਗਦੀ ਪਈ, ਮੂੰਹ ਖੋਰ ਦੀ ਲੱਗਦੀ ਪਈ ਹੈ। ਜਾਨਵਰਾਂ ਦਾ ਮੂੰਹ ਪੱਕ ਜਾਂਦਾ, ਫੁੱਲ ਜਾਂਦਾ, ਇੰਜ ਕਰ ਖੁੱਲ ਜਾਂਦਾ ਮੂੰਹ, ਜੀ ਬੈਠੀ ਮੋਟੀ ਹੋ ਜਾਂਦੀ ਹੈ। ਠੀਕ ਹੈ, ਜਿਨ੍ਹਾਂ ਜਾਨਵਰਾਂ ਨੂੰ ਮੂੰਹ ਤੇ ਮੁਖਰ ਨਹੀਂ ਆਉਂਦਾ ਉਹਨਾਂ ਦੇ ਪੈਰਾਂ 'ਚ ਆ ਜਾਂਦਾ, ਉਹਨਾਂ ਦੇ ਪੈਰ ਖੁੱਲ ਜਾਂਦੇ ਨੇ। ਕੁਝ ਦੋਸਤ ਮੁਖਤਲਿਫ ਜ਼ਬਾਨਾਂ ਵਿੱਚ ਕੁਝ ਬੋਲਦੇ ਨੇ ਜੀ, ਖੁਰ ਪਾੜ ਦੀ ਬਿਮਾਰੀ ਇਹਨਾਂ ਨੂੰ ਆ ਗਈ ਹੈ, ਕਿਉਂਕਿ ਖੁਰ ਥੋੜ੍ਹੇ ਕੱਚੇ ਹੋ ਜਾਂਦੇ ਨੇ, ਪੱਕ ਜਾਂਦੇ ਨੇ, ਰੋੜੀਆਂ ਤੇ ਇਹਨਾਂ ਨੂੰ ਲੱਗਦੀਆਂ, ਪੈਰਾਂ ਦੇ ਜ਼ਖਮ ਬਣ ਜਾਂਦੇ ਨੇ ਅਤੇ ਇਹਨਾਂ ਦੀ ਪੀਪ ਬਣ ਜਾਂਦੀ ਹੈ। ਉਹਦੇ ਵਾਸਤੇ ਬਿਹਤਰੀਨ ਤਰੀਕਾਕਾਰ ਹੈ ਸਰ, ਕਿਉਂਕਿ ਤੁਸੀਂ ਆਪਣੇ ਜਾਨਵਰਾਂ ਨੂੰ ਅਗਰ ਤੇ ਮੂੰਹ ਤੇ ਮੁਖਰ ਆ ਗਿਆ ਸਰ, ਅੱਧ ਪਾ ਦੁੱਧ ਲਵੋ, 5-6 ਚਮਚਾਂ ਡਾਲ ਟਕੇ ਉਹਦੀਆਂ ਲਵੋ, ਰੋਜ਼ ਸੁਬਹ ਸ਼ਾਮ ਜਾਨਵਰ ਨੂੰ ਦਿਓ ਜੀ। ਉਸ ਜਾਨਵਰ ਨੂੰ ਬੁਖਾਰ ਧੱਕੇ ਨਾਲ ਹੋ ਜਾਂਦਾ, ਪਾਲਾ ਧੱਕੇ ਨਾਲ ਲੱਗਦਾ, ਚਾਹੇ ਮੌਸਮ ਗਰਮਾ ਆਵੇ ਚਾਹੇ ਮੌਸਮ ਸਰਮਾ ਆਵੇ, ਉਹਨੂੰ ਕੋਸ਼ਿਸ਼ ਕਰਕੇ ਦੂਜਿਆਂ ਜਾਨਵਰਾਂ ਤੋਂ ਅਲੱਗ ਕਰ ਦੇਣਾ ਚਾਹੀਦਾ, ਔਰ ਧੁੱਪੇ ਬੰਨਣਾ ਚਾਹੀਦਾ, ਨਾਲ ਉਹਨੂੰ ਬੁਖਾਰ ਵਾਲੇ ਟੀਕੇ ਲਾਉਣੇ ਚਾਹੀਦੇ ਨੇ। ਜਿਸ ਟੀਕੇ ਨੂੰ ਤੁਸੀਂ ਜਾਣਦੇ ਹੋ ਕਿ ਬੁਖਾਰ ਵਾਸਤੇ ਬਿਹਤਰ ਕੋਈ ਵੀ ਟੀਕਾ, ਮੈਂ ਕਿਸੇ ਕੰਪਨੀ ਦੀ ਇਸ ਤਰ੍ਹਾਂ ਪੁਸ਼ਤ ਬਣਾਈ ਨਹੀਂ ਕਰ ਰਿਹਾ ਜੀ, ਮੈਂ ਬਿਹਤਰ ਬੇਸ਼ੁਮਾਰ ਬੰਦਿਆਂ ਨੂੰ ਪਹਿਲਾਂ ਰਨਮਾਈ ਕਰਦਾ ਰਿਹਾ। ਅਮੂਮਨ ਦੋਸਤ ਗੁਰਪੰਜ ਬਹਿ ਕੇ ਫਿਰ ਬਾਅਦ ਮੇਰੀ ਮੁਖਾਲਫਤ ਕਰਦੇ ਰਹੇ, ਮੈਂ ਇਸ ਵਾਸਤੇ ਕਿਸੇ ਇੰਜੈਕਸ਼ਨ ਦਾ ਨਾਂ ਨਹੀਂ ਲੈਂਦਾ, ਨਾ ਕੋਈ ਬੰਦਾ ਇਹ ਨਾ ਸਮਝੇ ਕਿਸੇ ਟੀਕੇ ਦਾ, ਕਿਸੇ ਫਾਰਮੇਸੀ ਦਾ ਏਜੰਟ ਬੱਲਾ, ਜਿਹੜਾ ਤੁਸੀਂ ਟੀਕਾ ਸਮਝਦੇ ਬੁਖਾਰ ਵਾਸਤੇ ਬਿਹਤਰ, ਸਰ ਉਹ ਟੀਕਾ ਇਸਤੇਮਾਲ ਕਰਕੇ ਥੋੜ੍ਹੀ ਆਪਣੇ ਜਾਨਵਰ ਨੂੰ ਆਰਾਮ ਪਹੁੰਚਾਓ, ਤਾਂ ਕਿ ਤੁਹਾਡਾ ਜਾਨਵਰ ਬੁਖਾਰ ਉਹਨੂੰ ਹੋ ਗਿਆ, ਬੁਖਾਰ ਉਹਦਾ ਲੈ ਜਾਏ ਜੀ। ਠੀਕ ਹੋ ਗਿਆ ਜੀ ਫਿਆਜ਼ ਭਾਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਵੇ। ਤਾਰਕ ਭਾਈ ਮੈਂ ਇਲਾਵਾ ਕੋਈ ਹੋਰ ਦੋਸਤਾਂ ਵਾਸਤੇ ਪੈਗਾਮ? ਤਾਰਕ ਭਾਈ ਮੈਂ ਬੇਸ਼ੁਮਾਰ ਦੋਸਤਾਂ ਨੂੰ ਸਰੇਆਮ ਇਹ ਪੈਗਾਮ ਅਕਸਰ ਦਿੰਦਾ ਰਹਿਣਾ ਆਪਣੀਆਂ ਵੀਡੀਓ ਵਿੱਚ ਮੇਰੇ, ਕਿਉਂਕਿ ਮੇਰਾ ਆਪਣਾ ਜ਼ਾਤੀ ਵੀ ਚੈਨਲ ਹੈ ਯੂਟਿਊਬ ਮਨਸੂਬੇ, ਮੈਂ ਉਹਦਾ ਓਨਰ ਹਾਂ, ਮਲਿਕ ਫਿਆਜ਼ ਗੁਰ ਮੇਰਾ ਨਾਂ ਹੈ, ਬਾਬਾ ਗੁਜਰਾਤ ਦੇ ਨਾਂ ਤੋਂ ਦੁਨੀਆ ਮੈਨੂੰ ਜਾਣਦੀ ਹੈ ਵਗੈਰਾ ਵਗੈਰਾ। ਬਿਲਕੁਲ ਪਿਆਰੇ ਭਾਈਓ, 24 ਘੰਟੇ ਕਿਸੇ ਵੀ ਕਿਸਮ ਦਾ ਤੁਹਾਨੂੰ ਮਸਲਾ ਹੋਵੇ ਤੁਸੀਂ ਆਲਰੇਡੀ ਮੇਰੇ ਨਾਲ ਰਾਬਤਾ ਕਰਦੇ ਹੋ, ਖਾਦਮ ਹਾਜ਼ਰ ਹੈ ਹਰ ਕਿਸਮ ਦੀ ਤੁਹਾਡੀ ਰਹਿਨਮਾਈ ਕਰਨ ਵਾਸਤੇ, ਹਰ ਕਿਸਮ ਦਾ ਤੁਹਾਡੇ ਨਾਲ ਭਲਾ ਕਰਨ ਵਾਸਤੇ, ਸਦਕਾ ਜਾਰੀਆ ਸਮਝਿਆ ਮੈਂ ਭਲਾ ਕਰਨਾ, ਮੇਰੀ ਬਿਮਾਰੀ ਦੇ ਹਵਾਲੇ ਨਾਲ ਕੋਈ ਫੀਸ ਨਹੀਂ ਹੁੰਦੀ। ਅਗਰ ਜੇ ਵੀਡੀਓ ਦੇ ਵਾਲਿਆਂ ਤੁਸੀਂ ਮੈਨੂੰ ਬੁਲਾਵੋ, ਤੁਹਾਨੂੰ ਪਤਾ ਆਉਣ ਜਾਣ ਦਾ ਖਰਚਾ ਤੁਸੀਂ ਦੇਣਾ ਹੁੰਦਾ, ਤੁਸੀਂ ਦਿੰਦੇ ਹੋ, ਉਹ ਮੈਂ ਤੁਹਾਡੇ ਵਾਸਤੇ ਫੀਸ ਬੁਲਾ ਨਹੀਂ ਜਾ ਸਕਦਾ, ਕਿਉਂਕਿ ਮੈਂ ਇਸ ਟਾਈਮ ਤੁਹਾਡੇ ਆਪਣਾ ਸਰ ਕੀਮਤੀ ਵਕਤ ਕੱਢ ਕੇ ਤੁਸੀਂ ਜਾਣਾ ਹੁੰਦਾ ਵੇ, ਤੇ ਨਾਲੇ ਥੋੜਾ ਜਿਹਾ ਤੁਹਾਨੂੰ ਮਸਲਾ ਵੀ ਹੈ ਜੀ। ਸਰ ਤਰਕ ਸਾਹਿਬ ਇਸ ਹਾਲਤ ਜੀ, ਮੋਮਨ ਦੋਸਤ ਕਹਿੰਦੇ ਨੇ ਜਨਾਬ ਗੁਰ ਸਾਹਿਬ ਫ੍ਰੀ ਸਾਡੇ ਵੱਲ ਆ ਜਾਣ, ਸਾਡੀ ਫ੍ਰੀ ਵੀਡੀਓ ਬਣਾ ਕੇ ਚਲੇ ਜਾਣ, ਤੇ ਉਹ ਗੱਲ ਨਾ ਨਿਕਲ ਤੇ
ਤੇ ਮੈਂ ਫਿਰ ਉਹਨਾਂ ਦੇ ਬਾਅਦ ਚ ਹੱਸਦਾ ਰਹਿੰਦਾ ਜਿਸ ਟਾਈਮ ਮੈਂ ਉੱਥੇ ਸਾਰੇ ਸਾਰਿਆਂ ਨੂੰ ਢਿੱਡ ਲੱਗਾ ਹੁੰਦਾ ਹੁਣ ਬੱਕਰੀਆਂ ਵਾਲੇ ਤੁਹਾਨੂੰ ਬੁਲਾਉਂਦੇ ਨੇ ਆਪਣੇ ਫਾਇਦੇ ਵਾਸਤੇ ਬੁਲਾਉਂਦੇ ਨੇ ਤੇ ਤੁਹਾਨੂੰ ਨਹੀਂ ਪੇਟ ਲੱਗਦਾ ਇਹ ਦੋਸਤ ਸਮਝਦੇ ਨੇ ਗੌਰ ਸਾਹਿਬ ਦਵਾਈ ਖਾਂਦੇ ਨੇ ਗੋਲੀ ਤੋਂ ਗੋਲੀ ਖਾਂਦੇ ਨੇ ਢਿੱਡ ਨਾ ਭਰੀ ਜਾਂਦਾ ਜੀ ਜੀ ਫੈਜ਼ ਭਾਈ ਬਹੁਤ ਬਹੁਤ ਸ਼ੁਕਰੀਆ ਅੱਲਾ ਹਾਫਿਜ਼ ਜਜ਼ਾਕ ਅੱਲਾ ਜੀ।